ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਔਰ ਬੜਾ ਪਿਆਰਾ ਵੀਰੇ ਮੈਸੇਜ ਹੈ ਫਿਰ ਤੁਹਾਡੇ ਸਾਹਮਣੇ। ਔਰ ਵੈਸੇ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਮਰੀਜ਼ ਆਉਂਦੇ ਨੇ ਰੋਜ਼, ਸਵੇਰ ਦਾ ਘੱਟੋ ਘੱਟ 400-500 ਮਰੀਜ਼ ਨੂੰ ਮੈਂ ਦੇਖ ਚੁੱਕਾ ਹਾਂ, ਮਿਲ ਚੁੱਕਾ ਹਾਂ। ਕਿਉਂਕਿ ਮਰੀਜ਼ਾਂ ਨੇ ਮੇਨ ਤਾਂ ਚਲੋ ਡਾਕਟਰਾਂ ਨੂੰ ਮਿਲਣਾ ਹੁੰਦਾ, ਉਹਨਾਂ ਨੇ ਉਹਨਾਂ ਦੀ ਬਿਮਾਰੀ, ਉਹਨਾਂ ਦੇ ਦਵਾਈ ਟੈਸਟ ਵਗੈਰਾ, ਪਰ ਜਿੰਨਾ ਚਿਰ ਮਰੀਜ਼ ਮੈਨੂੰ ਨਾ ਮਿਲਣ ਉਹਨਾਂ ਚਿਰ ਉਹਨਾਂ ਦੀ ਵੀ ਤਸੱਲੀ ਨਹੀਂ ਹੁੰਦੀ। ਚਲੋ ਖੈਰ, ਸਵੇਰ ਦਾ ਕੰਮ ਹੀ ਕਰ ਰਹੇ ਹਾਂ। ਔਰ ਪਰ ਜਦੋਂ ਮੈਂ ਵੀਡੀਓ ਔਨ ਬਣਾਉਣੀ ਹੁੰਦੀ ਹੈ, ਕੋਈ ਕੈਮਰਾ ਔਨ ਕਰਨਾ ਪਰ ਕੋਈ ਖਾਸ ਗੱਲ ਹੋਏ ਤਾਂ ਮੈਂ ਵੀਡੀਓ ਬਣਾਉਣੀ ਸ਼ੁਰੂ ਕਰਨੀ ਹੁੰਦੀ ਹੈ। ਅਤੇ ਵੈਸੇ ਤਾਂ ਸਵੇਰ ਦੇ ਕਾਫੀ ਪੇਸ਼ੈਂਟ ਆਏ ਨੇ, ਲੋਕਾਂ ਦੀਆਂ ਦੁੱਖ ਤਕਲੀਫਾਂ ਕਾਫੀ ਨੇ, ਪਰ ਅੱਜ ਕੱਲ੍ਹ ਹਰ ਇੱਕ ਛੋਟੀ ਛੋਟੀ ਚੀਜ਼ ਨੂੰ ਕੈਮਰੇ ਦੇ ਵਿੱਚ ਰਿਕਾਰਡ ਕਰਨਾ ਜਿਵੇਂ ਮੈਨੂੰ ਥੋੜ੍ਹਾ ਜਿਹਾ ਨਹੀਂ ਠੀਕ ਲੱਗਦਾ। ਔਰ ਪਰ ਫਿਰ ਵੀ ਕੁਝ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਵੀਡੀਓ ਬਣਾਉਣ ਵਾਸਤੇ ਮਜਬੂਰ ਕਰ ਦਿੰਦੀਆਂ ਨੇ। ਸਾਡੇ ਕੋਲ ਇਹ ਵੀਰ ਜੀ ਆਏ ਨੇ ਮਾਨਸਾ ਤੋਂ ਆਏ ਨੇ, ਭਾਜੀ ਕੀ ਸਭ ਨੰਬਰ? ਗੁਰਜਿੰਦਰ ਸਿੰਘ ਬੱਬੀ। ਗੁਰਜਿੰਦਰ ਸਿੰਘ ਬੱਬੀ ਵੀਰ ਆ ਮਾਨਸੇ ਤੋਂ ਆਇਆ, ਇਹਨਾਂ ਨੇ ਆਪਣੀ ਮਦਰ ਦੇ ਗੋਡੇ ਚੇਂਜ ਕਰਾਉਣੇ ਸੀਗੇ ਔਰ ਇਹਨਾਂ ਦੇ ਮਾਤਾ ਜੀ ਨੂੰ ਲੈ ਕੇ ਆਏ, ਉਹਨਾਂ ਦਾ ਆਪਾਂ ਆਪਰੇਸ਼ਨ ਕੀਤਾ ਹੈ, ਦੋਨੋਂ ਗੋਡੇ ਬਦਲੇ ਨੇ, ਬਿਲਕੁਲ ਫਰੀ ਆਫ ਕੋਸਟ ਆਪਰੇਸ਼ਨ ਹੋਇਆ, ਸਿਰਫ ਜਿਹੜੇ ਇੰਪਲਾਂਟ ਚਾਰਜਸ ਲੱਗਦੇ ਨੇ। ਚਲੋ ਮਰੀਜ਼ ਬੜੀ ਖੁਸ਼ੀ ਨਾਲ ਦਿੰਦੇ ਨੇ, ਪਰ ਵੀਰ ਜੀ ਹੁਣ ਇੱਕ ਵੈਲ ਐਜੂਕੇਟਡ ਨੇ, ਇੱਕ ਚੰਗੀ ਫੈਮਿਲੀ 'ਚੋਂ ਨੇ। ਵੀਡੀਓ ਬਣਾਉਣ ਦਾ ਇਹ ਕਾਰਨ ਆ ਕਿ ਚੰਗੇ ਜਿਹੜੇ ਵੈਲ ਐਜੂਕੇਟਡ ਲੋਕ ਨੇ ਉਹ ਵੀ ਸਾਡੇ ਕੋਲ ਆ ਰਹੇ ਨੇ ਔਰ ਇੱਥੇ ਆ ਕੇ ਆਪਣਾ ਇਲਾਜ ਕਰਵਾ ਰਹੇ ਨੇ। ਕਿਉਂ? ਕਿਉਂਕਿ ਇੱਥੇ ਜਿਹੜੇ ਡਾਕਟਰ ਨੇ, ਡਾਕਟਰ ਵੀ ਪੰਜਾਬ ਦੇ ਟੌਪ ਦੇ ਡਾਕਟਰ ਨੇ ਸਾਡੇ ਕੋਲ, ਨਾਮਵਰ ਡਾਕਟਰ ਪ੍ਰਮੋਦ ਮਹਿੰਦਰੂ ਜੀ ਨੇ, ਇੱਕ ਹੁਣ ਵਿਦਾਤਾ ਤੋਂ ਡਾਕਟਰ ਸਾਡੇ ਕੋਲ ਆਏ ਨੇ ਡਾਕਟਰ ਸਫੀ ਮੁਹੰਮਦ ਜੀ, ਜਿਹੜੇ ਵਿਦਾਂਤਾ ਹੋਸਪਿਟਲ ਦਿੱਲੀ, ਜਿਹੜਾ ਸਭ ਤੋਂ ਇੰਡੀਆ ਦਾ ਸਭ ਤੋਂ ਟੌਪ ਦਾ ਹੋਸਪਿਟਲ ਆ, ਉਸ ਹੋਸਪਿਟਲ 'ਚੋਂ ਹੀ ਅਪੁਆਇੰਟ ਕੀਤਾ ਹੈ ਡਾਕਟਰ ਹੱਡੀਆਂ ਦੇ। ਔਰ ਮੇਨ ਮਸਲਾ ਇਹ ਸੀਗਾ ਕਿ ਸੋਰੀ ਵੀਰ ਜੀ, ਭਾਜੀ ਹੁਣਾਂ ਨੇ ਗੋਡੇ ਵੀ ਚੇਂਜ ਕਰਵਾਏ ਨੇ ਮਾਤਾ ਜੀ ਦੇ ਔਰ ਖੁਸ਼ੀ ਖੁਸ਼ੀ ਆਪਣੇ ਘਰ ਵੀ ਜਾ ਰਹੇ ਨੇ। ਔਰ ਚਲੋ ਗੋਡਿਆਂ 'ਤੇ ਇਹ ਨਹੀਂ ਕਿ ਮਤਲਬ ਥੋੜ੍ਹਾ ਇੰਪਲਾਂਟ ਚਾਰਜ ਜ਼ਰੂਰ ਲੱਗਦੇ ਨੇ, ਪਰ ਸਾਰਾ ਆਪਣਾ ਇਲਾਜ ਕਰਵਾਇਆ ਹੈ ਇਹਨਾਂ ਨੇ ਔਰ ਜਾਣ ਲੱਗੇ 10,000 ਦੀ ਸੇਵਾ ਜਿਹੜੀ ਹੈ ਉਹ ਦੇ ਕੇ ਜਾਣ ਲੱਗੇ ਨੇ। ਕਿ ਇਹ ਇੱਕ ਬੜਾ ਵੱਡਾ ਮੈਸੇਜ ਆ ਕਿ ਪੇਸ਼ੈਂਟ ਕਿਸੇ ਹੋਸਪਿਟਲ 'ਚ ਗਿਆ ਆਪਣਾ ਇਲਾਜ ਕਰਾਉਣ ਲਈ ਔਰ ਘਰ ਜਾਣ ਲੱਗੇ ਨੇ 10,000 ਰੁਪਇਆ ਦਾਨ ਕਰ ਦਿੱਤਾ। ਇਹ ਇੱਕ ਬੜਾ ਵੱਡਾ ਮੈਸੇਜ ਹੈ, ਤੁਸੀਂ ਇੱਥੋਂ ਸਮਝ ਸਕਦੇ ਹੋ ਕਿ ਕਿੰਨਾ ਇੱਥੇ ਲੋਕਾਂ ਨੂੰ ਕਿੰਨੀ ਰਿਲੀਫ ਮਿਲਦੀ ਹੈ ਔਰ ਕਿੰਨੀ। ਭਾਜੀ ਤੁਸੀਂ ਕਿਵੇਂ, ਤੁਹਾਡੇ ਮਨ 'ਚ ਆਇਆ ਕਿ ਸੇਵਾ ਜਿਹੜੀ ਹੈ ਤੁਸੀਂ? ਨਹੀਂ ਇਹ ਸੋਚਿਆ ਸੀਗਾ, ਮੇਰੇ ਮਨ 'ਚ ਸੋਚਿਆ ਸੀਗਾ ਕਿ ਜੀ ਮੈਂ ਉੱਥੇ ਇਲਾਜ ਵੀ ਕਰਾਉਣੇ, ਪ੍ਰਾਈਵੇਟ 'ਚ ਵੀ ਇਲਾਜ ਕਰਾਉਂਦੇ ਤੇ ਉੱਥੇ ਵੀ ਆਪਣਾ ਇੰਨਾ ਖਰਚਾ ਡਾਕਟਰਾਂ ਨੇ ਛਿੱਲੇ ਲਾਉਣੇ ਸੀ ਤੇ ਤੁਹਾਡੇ ਨਾਲ ਵੀਡੀਓ। ਅਗਰ ਪ੍ਰਾਈਵੇਟ ਹਸਪੀਟਲ 'ਚ ਦੋਨੋਂ ਗੋਡੇ ਬਦਲਾਉਣੇ ਹੋਣ ਔਰ ਚੰਗੀ ਵਧੀਆ ਕੁਆਲਿਟੀ ਦੇ ਪਾਉਣੇ ਹੋਣ ਜਿਵੇਂ ਥੋੜ੍ਹਾ ਅੱਛੇ, ਔਰ ਘੱਟੋ ਘੱਟ 3.5 ਲੱਖ ਰੁਪਇਆ ਲੱਗ ਜਾਂਦਾ ਹੈ, 4 ਲੱਖ ਤੱਕ ਵੀ ਲੱਗ ਜਾਂਦਾ ਹੈ। ਔਰ ਚਲੋ ਇੱਥੇ ਤੇ ਇਹਨਾਂ ਦਾ ਘੱਟੋ ਘੱਟ ਭਾਜੀ ਹੁਣਾਂ ਦਾ, ਚਲੋ ਗੱਲ ਪੈਸੇ ਦੀ ਨਹੀਂ, ਇੱਥੇ ਕੋਈ ਪੈਸੇ ਦਾ ਕੋਈ ਮੈਟਰ ਨਹੀਂ ਹੈਗਾ। ਇੱਥੇ ਤੇ ਚਲੋ ਆਪਾਂ ਇਲਾਜ ਤਾਂ 2-2.5 ਲੱਖ ਰੁਪਇਆ ਹਰ ਇੱਕ ਮਰੀਜ਼ ਆਪਣਾ ਬਚਾ ਕੇ ਜਾਂਦਾ ਹੈ ਇੱਥੋਂ, ਪਰ ਫਿਰ ਵੀ ਜਿਹੜਾ ਸੇਵਾ ਭਾਜੀ ਹੁਣਾਂ ਨੇ ਦਿੱਤੀ ਹੈ, ਚਲੋ ਮੈਂ ਇਹ ਮੇਰੇ ਵਾਸਤੇ ਵੀਰੇ 10,000 ਰੁਪਇਆ ਨਹੀਂ, ਇਹ 10,000 ਨਹੀਂ 10 ਕਰੋੜ ਦੇ ਬਰਾਬਰ ਆ ਇਹ 10,000, ਕਿਉਂਕਿ ਇਹ ਕਿਸੇ ਜਿਹੜੇ ਲੋਕ ਇੱਥੇ ਇਲਾਜ ਕਰਾਉਣ ਆਉਂਦੇ ਨੇ ਇਹ ਉਹਨਾਂ ਵੱਲੋਂ ਸੇਵਾ ਕੀਤੀ ਗਈ ਹੈ। ਬੜਾ ਪਿਆਰਾ ਮੈਸੇਜ ਹੈ। ਔਰ ਔਰ ਬਾਬਾ ਜੀ ਆਏ ਨੇ ਵੀਰੇ ਬੜਾ, ਚਲੋ ਇਹ ਵੀ ਲੋਕਾਂ ਦੀਆਂ ਆਪਣੀਆਂ ਭਾਵਨਾਵਾਂ ਨੇ। ਬੜਾ ਪਿਆਰਾ ਮੈਸੇਜ ਹੈ ਕਿ ਬਾਬਾ ਜੀ ਨੇ ਕੁਝ ਸਨਮਾਨ ਲੈ ਕੇ ਮੇਰੇ ਵਾਸਤੇ ਆਏ ਨੇ, 2 ਦਸਤਾਰਾਂ ਹਨ ਔਰ ਨਾਲ ਸੀਲਡ ਹੈ। ਔਰ ਬਾਬਾ ਜੀ ਦਾ ਵੀ ਜਿਹੜਾ ਸੇਵਾ ਹੈ ਇਹਨਾਂ ਦੀ ਬੜੀ ਇੱਕ ਵੱਡੀ ਸੇਵਾ ਹੈ। ਬਾਬਾ ਜੀ ਜਿਵੇਂ ਲੰਗਰ ਵਗੈਰਾ ਲਗਾਉਂਦੇ ਨੇ, ਜਿੱਥੇ ਵੀ ਕਿਤੇ ਜ਼ਰੂਰਤ ਹੋਏ ਲੋਕਾਂ ਨੂੰ ਉੱਥੇ ਲੰਗਰ ਦੀ ਸੇਵਾ ਕਰਦੇ ਨੇ ਜਾ ਕੇ। ਔਰ ਬਾਬੇ ਨਾਨਕ ਦਾ ਜਿਹੜਾ ਲੰਗਰ ਹੈ ਉਹ ਚੱਲ ਰਿਹਾ ਹੈ, ਬਾਬਾ ਜੀ ਹੁਣੇ ਚਲੋ ਉਸ ਚੀਜ਼ ਨੂੰ ਅੱਗਿਓਂ ਫੋਲੋ ਕਰ ਰਹੇ ਨੇ। ਬੜਾ ਹਾਂ, ਧੀਆਂ ਦੇ ਵਿਆਹ ਵੀ ਕਰਦੇ ਨੇ ਮਹੀਨੇ ਦੇ ਮਹੀਨੇ, ਜਿੰਨਾ ਕੁੜੀਆਂ ਜਿਵੇਂ ਲੋੜਵੰਦ ਪਰਿਵਾਰਾਂ ਦੀਆਂ ਹੁੰਦੀਆਂ ਨੇ ਚਲੋ, ਔਰ ਉਹਨਾਂ ਦੇ ਵਿਆਹ ਵੀ ਬਾਬਾ ਜੀ ਕਰਦੇ ਨੇ। ਬਾਬਾ ਜੀ ਕਿਸ ਨਾਮ ਤੋਂ ਸੰਸਥਾ ਹੈ? ਇਹ ਸਮਾਜ ਸੁਧਾਰ ਸੇਵਾ ਸੋਸਾਇਟੀ ਰਜਿਸਟਰਡ। ਅੱਛਾ ਜੀ।
ਮਤਲਬ ਜਿਹੜੀ ਮੱਤੇ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅਜਨਾਲਾ ਤੁਹਾਡੀ ਮਸ਼ਹੂਰੀ ਜਿਹੜੀ ਆ ਬਹੁਤ ਦੂਰ ਤੱਕ ਸੁਣੀ ਹੈ ਮੈਂ ਬਹੁਤ ਦੂਰ ਤੱਕ ਪੰਜਾਬੀ ਦੇ ਹੋਸਪਿਟਲ ਜਾਓ ਮੈਂ ਵੀ ਕਾਫੀ ਮਰੀਜ਼ ਤੁਹਾਡੇ ਕੋਲ ਭੇਜ ਚੁੱਕਾ ਵਾਂ ਹੁਣੀ ਮੇਰੇ ਕੋਲ ਵੀ 22 ਮਰੀਜ਼ ਨੇ ਜਿਹੜੇ ਅੱਖਾਂ ਦਾ ਆਪਰੇਸ਼ਨ ਕਰਾਉਣ ਵਾਸਤੇ ਤਿਆਰ ਬੈਠੇ ਤੇ ਮੈਨੂੰ ਸਾਰਿਆਂ ਨੇ ਕਿਹਾ ਕਿ ਜੋ ਗੁੱਗੂ ਜੀ ਦੇ ਹੋਸਪਿਟਲ 'ਚ ਸਾਨੂੰ ਸਹਾਇਤਾ ਮਿਲਦੀ ਹੈ ਮਦਦ ਮਿਲਦੀ ਆ ਉਹ ਪੂਰੇ ਪੰਜਾਬ 'ਚੋਂ ਕਿਸੇ ਹੋਸਪਿਟਲ 'ਚੋਂ ਨਹੀਂ ਮਿਲਦੀ ਇਸ ਕਰਕੇ ਸਾਰੀ ਸੰਗਤ ਜਿਹੜੀ ਆ ਬਾਹਰ ਪਿੰਡਾਂ 'ਚ ਤੁਹਾਡੇ ਤੱਕ ਪਹੁੰਚ ਕਰ ਰਹੀ ਹੈ ਡੇਰਾ ਬਾਬਾ ਨਾਨਕ ਤੇ ਸਾਰੇ ਅਸਲ 'ਚ ਬਾਬਾ ਜੀ ਹਰ ਪਿੰਡ ਜਾਂਦੇ ਨੇ ਇਹਨਾਂ ਦੇ ਪ੍ਰੋਗਰਾਮ ਹੁੰਦੇ ਨੇ ਔਰ ਕਿੱਡਾ ਵਧੀਆ ਇੱਕ ਵੀਰਿਓ ਮੈਂ ਇਹ ਮੈਸੇਜ ਹੁੰਦਾ ਹੈ ਕਿ ਬਾਬਾ ਜੀ ਨੇ ਕਿਤੇ ਇੱਕ ਦੋ ਵਾਰ ਮੈਸੇਜ ਕੀਤਾ ਕਿ ਇਸ ਹੋਸਪਿਟਲ 'ਚ ਤਾਂ ਬੜੇ ਲੋਕ ਬਾਬਾ ਜੀ ਨਾਲ ਕੰਟੈਕਟ 'ਚ ਆਏ ਕਿ ਅਸੀਂ ਵੀ ਕਈ ਵਾਰ ਮੈਂ ਤਾਂ ਕਹਿੰਦਾ ਹਾਂ ਕਿ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਕਈ ਵਾਰ ਲੋਕਾਂ ਨੂੰ ਪਤਾ ਹੀ ਨਹੀਂ ਗਾ ਕਿ ਮਤਲਬ ਕੋਈ ਇੱਦਾਂ ਦਾ ਹੋਸਪਿਟਲ ਵੀ ਹੈ ਪੰਜਾਬ ਦੇ ਵਿੱਚ ਕਿ ਇਕਲੌਤਾ ਹੋਸਪਿਟਲ ਆ ਜਿੱਥੇ ਆਪਰੇਸ਼ਨ ਸਰਜਰੀਆਂ ਮਤਲਬ ਜਿਹੜੀਆਂ ਆਪਾਂ ਬਿਲਕੁਲ ਫ੍ਰੀ ਕਰਦੇ ਹਾਂ ਸਿਰਫ ਮੈਡੀਸਨ ਚਾਰਜਸ ਹੁੰਦੇ ਨੇ ਉਹ ਵੀ 50% ਲੈਸ ਸੋ ਇਸ ਕਰਕੇ ਚਲੋ ਬਾਬਾ ਜੀ ਹੁਣਾਂ ਨੇ ਜਾ ਕੇ ਗੱਲ ਕੀਤੀ ਔਰ ਬੜੇ ਲੋਕਾਂ ਨੇ ਇਹਨਾਂ ਨੂੰ ਪਹੁੰਚ ਕੀਤੀ ਸਮਾਜ ਸੇਵਕ ਬਾਬਾ ਤਿਆਗੀ ਜੀ ਨੇ ਬਾਬਾ ਜੀ ਦਾ ਤੁਸੀਂ ਅਗਰ ਕੰਟੈਕਟ ਕਰਨਾ ਹੋਏ ਤੇ ਤੁਸੀਂ ਇਹਨਾਂ ਨਾਲ ਮੈਂ ਤੁਹਾਨੂੰ ਕੰਟੈਕਟ ਵੀ ਕਰਵਾ ਦਾਂਗਾ ਬਾਕੀ ਇਹਨਾਂ ਨੂੰ ਤੁਸੀਂ ਫੇਸਬੁੱਕ ਤੇ ਯੂਟਿਊਬ ਤੇ ਦੇਖ ਸਕਦੇ ਹੋ ਬਾਬਾ ਸਮਾਜ ਸੇਵਕ ਬਾਬਾ ਤਿਆਗੀ ਜੀ ਨੇ ਬਾਬਾ ਜੀ ਇਸ ਨਾਮ ਤੋਂ ਕੋਈ ਨਹੀਂ ਬਾਬਾ ਜੀ ਮੈਂ ਗੋਡਾ ਬਦਲਾਉਣਾ ਹੈ ਕਿਥੋਂ ਆਏ ਤੁਸੀਂ ਸਰਸੇ ਮੈਂ ਵੀਰੋ ਅਚਾਨਕ ਭਾਜੀ ਹੁਣੀ ਬੈਠੇ ਹੈਗੇ ਔਰ ਮੈਨੂੰ ਨੀ ਪਤਾ ਕਿ ਏਡੀ ਦੂਰ ਫੋਨ ਬਹੁਤ ਜ਼ਿਆਦਾ ਆਉਂਦੇ ਨੇ ਮੈਂ ਮੇਰੀ ਤੇ ਬੇਨਤੀ ਆ ਕਿ ਚਲੋ ਫੋਨ ਜਦੋਂ ਮੈਂ ਲਾਈਵ ਹੁੰਦਾ ਚਲੋ ਉਦੋਂ ਥੋੜਾ ਫੋਨ ਘਟਾ ਦਿਆ ਕਰੋ ਇੱਕ ਦਿਨ ਚ 1500 ਕਾਲ ਜਿਹੜੀ ਆ ਅਟੈਂਡ ਕਰਨੀ ਪੈਂਦੀ ਹੈ ਸਾਨੂੰ ਤੇ ਹੁਣ ਵੀ ਵਾਰ ਵਾਰ ਵਿੱਚ ਕਾਲ ਆ ਰਹੀਆਂ ਨੇ ਚਲੋ ਖੈਰ ਸ਼ਾਇਦ ਕਿਸੇ ਨੂੰ ਕੋਈ ਜ਼ਰੂਰੀ ਕੰਮ ਵੀ ਹੋਏ ਪਰ ਵੀਡੀਓ ਬਣਾਉਣੀ ਦਿਖਾਉਣੀ ਵੀ ਜ਼ਰੂਰੀ ਆ ਕਿ ਸਿਰਸੇ ਤੋਂ ਆਏ ਨੇ ਵੀਰ ਜੀ ਹੁਣੀ ਸਿਰਸਾ ਹਰਿਆਣੇ ਤੋਂ ਗੋਡਾ ਪਾਉਣ ਵਾਸਤੇ ਆਏ ਨੇ ਬੜਾ ਮਾਣ ਵੀਰੇ ਇੰਨਾ ਮਾਣ ਮਹਿਸੂਸ ਹੁੰਦਾ ਹੈ ਕਿ ਇੱਕ 100 ਰੁਪਏ ਤੋਂ ਸ਼ੁਰੂ ਕੀਤੀ ਸੀਗੀ ਇਹ ਸੰਸਥਾ ਔਰ ਅੱਜ ਇੰਡੀਆ ਦੇ ਕੋਨੇ ਕੋਨੇ ਤੋਂ ਲੋਕ ਆ ਕੇ ਔਰ ਵੱਡੀਆਂ ਸਰਜਰੀਆਂ ਗੋਡੇ ਚੂਲੇ ਬਦਲਾਉਣ ਵਾਸਤੇ ਆਉਂਦੇ ਨੇ ਜਿਹੜੀਆਂ ਸਰਜਰੀਆਂ 3-3, 4-4 ਲੱਖ ਰੁਪਈਆ ਬਾਹਰ ਮਹਿੰਗੀਆਂ ਨੇ ਉਹ ਇੱਥੇ ਹੋ ਰਹੀਆਂ ਨੇ ਤੇ ਫ੍ਰੀ ਹੋ ਰਹੀਆਂ ਨੇ ਬਿਲਕੁਲ ਫ੍ਰੀ ਆਫ ਕੋਸਟ ਬਾਕੀ ਚਲੋ ਇੰਪਲਾਂਟ ਚਾਰਜਸ ਜਿਹੜੇ ਵਿੱਚ ਇੰਸਟਰੂਮੈਂਟ ਪਾਉਂਦੇ ਆ ਉਹਨਾਂ ਦੀ ਕੁਝ ਸਾਡੀ ਹੁੰਦੀ ਆ ਆਪਾਂ ਕਹਿੰਦੇ ਹਾਂ ਮਰੀਜ਼ ਨੂੰ ਉਹ ਵੀ ਅਗਰ ਕੋਈ ਕਵੇ ਬਾਕੀ ਸਾਡੇ ਕੋਲ ਦੇਖੋ ਚੰਗੇ ਲੋਕ ਵੈਲ ਐਜੂਕੇਟਡ ਲੋਕ ਵੀ ਆ ਰਹੇ ਨੇ ਕਿੱਡੀ ਕਿੱਡੀ ਦੂਰੋਂ ਲੋਕ ਆ ਰਹੇ ਨੇ 10,000 ਰੁਪਈਆ ਤੇ ਆਉਣ ਜਾਣ ਤੇ ਲੱਗ ਜਾਂਦਾ ਹੈ ਏਡੀ ਦੂਰੋਂ ਆਉਣਾ ਸਿਰਸੇ ਤੋਂ ਚਲੋ ਖੈਰ ਬੜਾ ਪਿਆਰਾ ਮੈਸੇਜ ਹੈ ਵੀਰ ਜੀ ਗੋਡਾ ਇੱਕ ਕਿ ਦੋ ਇੱਕ ਗੋਡਾ ਹੈ ਚਲੋ ਕੋਈ ਨੀ ਤੁਹਾਨੂੰ ਕਿਵੇਂ ਪਤਾ ਲੱਗਾ ਸਾਡੇ ਜੀ ਪਹਿਲਾਂ ਮੁੰਡਾ ਠੀਕ ਹੋ ਗਿਆ ਐਕਸੀਡੈਂਟ ਹੋਇਆ ਸੀ ਉਹਦਾ ਚੂਲਾ ਟੁੱਟਿਆ ਸੀਗਾ ਅੱਛਾ ਤੇ ਉੱਥੇ ਦਾ ਜੀ ਡਾਕਟਰ ਸਾਰਾ ਕੁਝ ਵੇਚ ਕੇ ਵੀ ਨਹੀਂ ਲਾ ਜਾਂਦਾ ਸੀ ਉਹਦਾ ਇੱਥੇ ਆਪਣਾ ਜਿਹੜਾ ਫ੍ਰੀ ਮੰਗੂ ਹੀ ਹੋਇਆ ਜੀ ਮੈਨੂੰ ਅੱਛਾ ਅੱਛਾ ਮੇਰੇ ਕੋਲ ਭਾਈ ਬਣੇ ਕਿੰਨੇ ਹਾਂਜੀ ਹਾਂਜੀ ਇੱਦਾਂ ਲੋਕਾਂ ਦੀ ਚਲੋ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਔਰ ਜਦੋਂ ਕੋਈ ਮਰੀਜ਼ ਜੰਮੂ ਕਸ਼ਮੀਰ ਰਾਜਸਥਾਨ ਦਿੱਲੀ ਹਰਿਆਣਾ ਹਿਮਾਚਲ ਪ੍ਰਦੇਸ਼ ਐਡੀ ਐਡੀ ਦੂਰੋਂ ਜਦੋਂ ਮਰੀਜ਼ ਆਉਂਦੇ ਨੇ ਤਾਂ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਨਾਲ ਗੱਲ ਕਰਦਿਆਂ ਕਰਦਿਆਂ ਵਿੱਚ 40-35-40 ਫੋਨ ਆ ਗਏ ਨੇ ਗੱਲ ਕਰਦਿਆਂ ਕਰਦਿਆਂ ਚਲੋ ਖੈਰ ਸ਼ਾਇਦ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੋਏ ਔਰ ਇਹ ਇੱਕ ਮਰੀਜ਼ ਨੇ ਸੇਵਾ ਦਿੱਤੀ ਹੈ 10,000 ਰੁਪਇਆ ਵੀਰ ਜੀ ਜਾਨ ਲਗੇ ਦੇ ਕੇ ਗਏ ਨੇ ਇਹੀ ਸਾਡੇ ਵਾਸਤੇ ਮੇਰੇ ਵਾਸਤੇ ਇਹੀ ਇੱਕ ਇਨਾਮ ਆ ਕਿ ਮਰੀਜ਼ ਖੁਸ਼ ਹੋ ਕੇ ਗਿਆ ਹੈ ਔਰ ਇਹ ਹਰਿਆਣੇ ਸਿਰਸੇ ਤੋਂ ਆਏ ਨੇ ਔਰ ਬਾਂਹ ਥੱਕ ਗਈ ਇੱਕ ਇਹ ਸਿਰਸੇ ਤੋਂ ਆਏ ਨੇ ਔਰ ਇਹਨਾਂ ਦਾ ਕੋਈ ਆਂਢੀ ਗਵਾਂਢੀ ਹੀ ਜਾਂ ਇਲਾਕੇ 'ਚ ਕੋਈ ਸਾਡੇ ਕੋਲੋਂ ਇਲਾਜ ਕਰਾ ਕੇ ਗਿਆ ਸੀਗਾ ਔਰ ਉਹ ਆਪਣਾ ਇਲਾਜ ਕਰਾ ਕੇ ਠੀਕ ਹੋ ਕੇ ਗਏ ਸੀਗੇ ਔਰ ਉਹਨਾਂ ਦੇ ਰੈਫਰੈਂਸ ਤੇ ਸਾਡੇ ਕੋਲ ਆਏ ਨੇ ਇਹ ਵੀ ਬੜੀ ਵਧੀਆ ਗੱਲ ਆ ਕਿ ਇੱਕ ਮਰੀਜ਼ ਠੀਕ ਹੋ ਕੇ ਗਿਆ ਆਪਣੇ ਚੂਲੇ ਪਵਾ ਕੇ ਗਏ ਗਿਆ ਮਰੀਜ਼ ਚੂਲੇ ਪਏ ਸੀ ਹਾਂਜੀ ਹਾਂਜੀ ਐਕਸੀਡੈਂਟ ਉਹਨਾਂ ਦੇ ਚੂਲੇ ਪਏ ਸੀਗੇ ਔਰ ਉਹਨਾਂ ਨੇ ਉਹਨਾਂ ਦੇ ਰੈਫਰੈਂਸ ਤੇ ਜੋ ਪੇਸ਼ੈਂਟ ਆਇਆ ਹੈ ਬੜੀ ਖਾਸ ਹਾਂਜੀ ਡਾਕਟਰ ਸਾਹਿਬ ਅੱਛਾ ਮੇਰੇ ਬਹੁਤ ਜ਼ਿਆਦਾ ਓਕੇ ਠੀਕ ਹੈ ਆ ਸੀਲ ਮੈਂ ਬਾਬਾ ਜੀ ਨਾਲ ਕੋ ਲੈਣੀ ਆ ਤੁਸੀਂ ਬਾਬਾ ਜੀ ਕਿੱਥੋਂ ਆਏ ਅਸੀਂ ਮੱਲਾਂ ਵਾਲੇ ਤੋਂ ਹਾਂਜੀ ਮੱਲਾਂ ਵਾਲਾ ਫਿਰੋਜ਼ਪੁਰ ਜੋ
ਅੱਛਾ ਅੱਛਾ ਫਿਰੋਜ਼ਪੁਰ ਹਾਂ ਜੀ ਫਿਰੋਜ਼ਪੁਰ ਜਿਹੜਾ ਮੰਗਲਾਂ ਵਾਲਾ ਮਰੀਜ਼ ਕਿੱਥੇ ਨੇ ਇੱਥੇ ਬਾਹਰ ਬੈਠੇ ਨੇ ਬਾਹਰ ਬੈਠੇ ਨੇ ਹਾਂ ਹਾਂ ਜਿਹੜੇ ਨਾਲ ਹਾਂ ਚੂਲਾ ਬਦਲਣਾ ਚੂਲਾ ਬਦਲਣਾ ਹਾਂ ਚੂਲਾ ਬਦਲਣਾ ਹੈ ਔਰ ਫਿਰੋਜ਼ਪੁਰ ਮੱਲਾਂਵਾਲ ਇਲਾਕਾ ਹੈ ਜਿੱਥੋਂ ਆਏ ਨੇ ਬਾਬਾ ਗੁਰੂ ਅਰਜਨ ਦੇਵ ਦੇ ਗੁਰਦੁਆਰੇ ਦਾ ਗ੍ਰੰਥੀ ਦਾ ਪਿਤਾ ਜਿਹਨੂੰ ਲੈ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਦਾ ਇਤਿਹਾਸਿਕ ਗੁਰਦੁਆਰਾ ਹੈ ਔਰ ਉਸ ਗੁਰਦੁਆਰੇ ਦੇ ਪਾਠੀ ਸਿੰਘ ਪਾਠੀ ਸਿੰਘ ਨੇ ਉਹਨਾਂ ਦੇ ਫਾਦਰ ਨੇ ਕਿੰਨਾ ਮੇਰੇ ਕੋਲ ਇੱਕ ਸ਼ਬਦ ਨਹੀਂ ਹੈਗੇ ਕਿ ਰੱਬ ਜਿਹੜੀ ਸਾਡੇ ਕੋਲ ਸੇਵਾ ਲੈ ਰਿਹਾ ਹੈ ਮੈਂ ਤਾਂ ਹੈਰਾਨ ਹਾਂ ਕਿ ਪਰਮਾਤਮਾ ਇੱਕ ਕਿੱਦਾਂ ਦੀ ਸੇਵਾ ਰੱਬ ਨੇ ਲਾਈ ਹੈ ਮੈਂ ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਕਿ ਇੱਕ ਲੋਕਾਂ ਦੇ ਇਲਾਜ ਵੀ ਕਰਾਂਗੇ ਔਰ ਇੰਨੇ ਨੇ ਵੱਡੇ ਗੋਡੇ ਚੂਲੇ ਤੱਕ ਵੀ ਇੱਥੇ ਬਦਲੇ ਜਾਣਗੇ ਇਸ ਹੋਸਪਿਟਲ 'ਚ ਔਰ ਉਹ ਲੋਕ ਜਿਹੜੇ 24 ਘੰਟੇ ਗੁਰਦੁਆਰਾ ਸਾਹਿਬ ਰਹਿ ਕੇ ਔਰ 24 ਘੰਟੇ ਪਰਮਾਤਮਾ ਦੇ ਸੰਗਤ 'ਚ ਰਹਿੰਦੇ ਨੇ ਉਹਨਾਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਉੱਥੇ ਪਾਠੀ ਸਿੰਘ ਨੇ ਔਰ ਉਹਨਾਂ ਦੇ ਪਿਤਾ ਦੇ ਜਿਹੜੇ ਗੋਡੇ ਨੇ ਕੱਲ੍ਹ ਮੇਰੇ ਕੋਲੋਂ ਆਏ ਸੀਗੇ ਉਹ ਵੀ ਗ੍ਰੰਥੀ ਸਿੰਘ ਸੀਗੇ ਅੰਮ੍ਰਿਤਸਰ ਸੁਲਤਾਨਵਿੰਡ ਰੋਡ ਗੁਰਦੁਆਰਾ ਸਾਹਿਬ ਉੱਥੋਂ ਆਏ ਸੀ ਉਹਨਾਂ ਦੇ ਵੀ ਗੋਡੇ ਚੇਂਜ ਹੋਣੇ ਸੀ ਇੱਦਾਂ ਇੱਦਾਂ ਜਿਹੜੇ 24 ਘੰਟੇ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਰਹਿੰਦੇ ਨੇ ਸਰਨ ਵਿੱਚ ਰਹਿੰਦੇ ਨੇ ਚਰਨਾਂ 'ਚ ਰਹਿੰਦੇ ਨੇ 24 ਘੰਟੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਉਹ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਮੌਕਾ ਹੈ ਉਹ ਨਾਮ ਤੇ ਗੁਰਦੁਆਰਾ ਬਣਿਆ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਨਾਮ ਤੇ ਗੁਰਦੁਆਰਾ ਹੈ ਔਰ ਉਸ ਗੁਰਦੁਆਰੇ ਦੇ ਗ੍ਰੰਥੀ ਸਿੰਘ ਜਿਹੜੇ ਨੇ ਉਹਨਾਂ ਦੀ ਸੇਵਾ ਕਰਨ ਦਾ ਜਿਹੜਾ ਮੌਕਾ ਹੈ ਉਹ ਮਿਲ ਰਿਹਾ ਹੈ ਚਲੋ ਕਿੱਥੇ ਬਾਹਰ ਮੈਂ ਆ ਗਿਆ ਮੈਂ ਬਾਹਰ ਹੀ ਆਉਂਦਾ ਬਾਹਰ ਕੋਈ ਦੱਸ ਰਹੇ ਨੇ ਕਿ ਹਰਿਆਣੇ ਤੋਂ ਹੋਰ ਪੇਸ਼ੈਂਟ ਵੀ ਆਏ ਨੇ ਜਿਨ੍ਹਾਂ ਦੇ ਕੋਈ ਅੱਛਾ ਅੱਛਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੀ ਹਾਲ ਹੈ ਠੀਕ ਹੈ ਜੀ ਕਿੱਥੋਂ ਆਏ ਹਰਿਆਣਾ ਹਾਂਜੀ ਹਰਿਆਣੇ ਤੋਂ ਆਏ ਨੇ ਏਡੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਔਰ ਚੰਗੇ ਜਿਹੜੇ ਵੈਲ ਐਜੂਕੇਟਡ ਲੋਕ ਨੇ ਉਹ ਵੀ ਸਾਡੇ ਕੋਲ ਆ ਕੇ ਆਪਣਾ ਇਲਾਜ ਕਰਵਾ ਰਹੇ ਨੇ ਬਾਕੀ ਮੈਂ ਤੁਹਾਨੂੰ ਹਾਂਜੀ ਹਾਂਜੀ ਵਿਊ ਦਿਖਾਲਦਾ ਹਾਂ ਕਿ ਇਵੇਂ ਚਲੋ ਕੋਈ ਗੱਲ ਨਹੀਂ ਅੱਛਾ ਬਾਕੀ ਚਲੋ ਵੀਰੇ ਵਿਚਾਰਾਂ ਨੂੰ ਸਮਾਪਤ ਕਿਉਂਕਿ ਮਰੀਜ਼ ਬਹੁਤ ਜ਼ਿਆਦਾ ਨੇ ਬਾਹਰ ਵੀ ਬਹੁਤ ਜ਼ਿਆਦਾ ਪੇਸ਼ੈਂਟ ਨੇ ਔਰ ਬਾਕੀ ਬਸ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਇਹ ਵੀਡੀਓ ਨਾ ਤੇ ਸੇਵਾ ਵਾਸਤੇ ਮੈਂ ਕਹਿ ਰਿਹਾ ਹਾਂ ਨਾ ਮਦਦ ਵਾਸਤੇ ਕਹਿ ਰਿਹਾ ਹਾਂ ਮੈਂ ਸਿਰਫ ਵੀਡੀਓ ਸ਼ੇਅਰ ਕਰਨ ਵਾਸਤੇ ਤਾਂ ਕਹਿ ਰਿਹਾ ਹਾਂ ਕਿ ਇਹ ਵੀਡੀਓ ਕਿਸੇ ਮਰੀਜ਼ ਤੱਕ ਪਹੁੰਚੇ ਜਿਹੜਾ ਬੰਦਾ ਆਪਣੇ ਮੰਜੇ ਤੇ ਵਿਚਾਰਾ 2-3 ਸਾਲ ਤੋਂ ਇਲਾਜ ਬਿਨਾਂ ਪੈਸੇ ਬਿਨਾਂ ਸ਼ਾਇਦ ਬੈੱਡ ਤੇ ਪਿਆ ਹੋਏ ਜਾਂ ਇਲਾਜ ਨਾ ਕਰਵਾ ਪਾ ਰਿਹਾ ਹੋਏ ਔਰ ਉਸ ਵੀਰ ਦਾ ਇਲਾਜ ਹੋ ਸਕਦਾ ਹੈ ਤੁਹਾਡੀ ਕੀਤੀ ਹੋਈ ਸ਼ੇਅਰ ਵੀਡੀਓ ਸ਼ਾਇਦ ਉਹਨਾਂ ਮਰੀਜ਼ਾਂ ਤੱਕ ਪਹੁੰਚ ਜੇ ਸੋ ਵਿਚਾਰਾਂ ਨੂੰ ਸਮਾਪਤ ਹੈ ਕਿਉਂਕਿ ਜਿੰਨੇ ਮਰੀਜ਼ ਸਾਡੇ ਕੋਲ ਆਉਂਦੇ ਨੇ ਵੀਡੀਓ ਵੇਖ ਕੇ ਹੀ ਆਉਂਦੇ ਨੇ ਜ਼ਿਆਦਾਤਰ ਵੀਡੀਓ ਹੀ ਦੇਖਦੇ ਨੇ ਤਾਂ ਕਰਕੇ ਮੈਂ ਕਹਿੰਦਾ ਕਿ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦਿਆ ਕਰੋ ਚਲੋ ਕਿਉਂਕਿ ਇਸ ਸ਼ੇਅਰ ਕਰਨ ਦੇ ਵਿੱਚ ਕੋਈ ਵੀ ਸੈਲਫ ਇੰਟਰਸਟ ਨਹੀਂ ਹੈਗਾ ਕੋਈ ਕਿਸੇ ਤਰ੍ਹਾਂ ਦੀ ਮੈਨੂੰ ਇਹ ਨਹੀਂ ਕਿ ਕੋਈ ਲਾਈਕ ਵਧਣ ਕੋਈ ਲੋਕ ਜ਼ਿਆਦਾ ਵੇਖਣ ਸਾਡੀ ਸੁਭਾ ਕਿਉਂਕਿ ਸਾਨੂੰ ਕੰਮ ਨਾਲ ਹੀ ਇੰਨਾ ਸਕੂਨ ਮਿਲਦਾ ਹੈ ਕਿ ਮੇਰਾ ਤੇ ਆਹ ਹੋਸਪਿਟਲ ਦਾ ਅੰਦਰ ਅੰਦਰ ਜਿਹੜਾ ਏਰੀਆ ਵਾ ਇਹੀ ਘਰ ਬਣ ਗਿਆ ਮੈਨੂੰ ਬਾਹਰ ਦੁਨੀਆ ਦਾ ਪਤਾ ਹੀ ਨਹੀਂ ਮੈਨੂੰ ਟੀਵੀ ਵੇਖੇ ਨੂੰ ਵੀ 7-8 ਮਹੀਨੇ ਹੋ ਗਏ ਨੇ ਕਿ ਬਾਹਰ ਕੀ ਚੱਲਣ ਡਿਆ ਦੁਨੀਆਦਾਰੀ ਕੀ ਹੋ ਰਿਹਾ ਕੌਣ ਕੀ ਕਿੱਥੇ ਕੀ ਹੁੰਦਾ ਸਿਰਫ ਆਪਣੇ ਕੰਮ ਨਾਲ ਮਤਲਬ ਆ ਸੋ ਇਸ ਕਰਕੇ ਮੈਨੂੰ ਇਹ ਨਹੀਂ ਕਿ ਕੋਈ ਵੀਡੀਓ ਵੱਧ ਵੇਖਣਗੇ ਲੋਕ ਜਾਂ ਸਾਡਾ ਕੋਈ ਲਾਈਕ ਵਧਣ ਉਹ ਪਬਲਿਕ ਸਿਟੀ ਲੈਟਰਮ ਬੈਟਰਮ ਜੋ ਵੀ ਆ ਸੋ ਗੱਲਾਂ ਨਹੀਂ ਹੈਗੀਆਂ ਸਿਰਫ ਇਹ ਆ ਕਿ ਇਸ ਹੋਸਪਿਟਲ ਦਾ ਲੋਕਾਂ ਨੂੰ ਪਤਾ ਲੱਗੇ ਔਰ ਲੋਕ ਵੱਧ ਤੋਂ ਵੱਧ ਸਾਡੇ ਕੋਲ ਆ ਕੇ ਇਲਾਜ ਕਰਵਾਉਣ ਕਿਉਂਕਿ ਡਾਕਟਰ ਬਹੁਤ ਮਾਹਿਰ ਨੇ ਜਿਹੜੇ ਦੂਰੋਂ ਦੂਰੋਂ ਲੋਕ ਆ ਰਹੇ ਨੇ ਗੋਡੇ ਚੂਲੇ ਬਦਲਾਉਣ ਵਾਸਤੇ ਸਾਡੇ ਕੋਲ ਡਾਕਟਰ ਜਿਹੜੇ ਨੇ ਬਹੁਤ ਮਾਹਿਰ ਨੇ ਔਰ ਬਹੁਤ ਹੀ ਵੱਡੀਆਂ ਸੈਲਰੀਆਂ ਦੇ ਰਹੇ ਨੇ ਡਾਕਟਰ ਨੂੰ ਤਾਂ ਕਰਕੇ ਮੈਂ ਕਹਿੰਦਾ ਕਿ ਵੱਧ ਤੋਂ ਵੱਧ ਆ ਕੇ ਤੁਸੀਂ ਫਾਇਦਾ ਲੈ ਸਕਦੇ ਹੋ ਵਿਚਾਰਾਂ ਨੂੰ ਸਮਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।